ਅਤੇ ਹਾਂਜੀ ਵੀ ਮਿੱਤਰੋ, ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ। ਮੈਂ ਹਾਂ ਸਾਹਿਬ ਅਤੇ ਤੁਸੀਂ ਦੇਖ ਰਹੇ ਹੋ ਡੈਵਲ ਟਵਾਣਾ ਯੂਟਿਊਬ ਚੈਨਲ। ਅਤੇ ਮਿੱਤਰੋ, ਅੱਜ ਆਪਾਂ ਲੈ ਕੇ ਆ ਗਏ ਹਾਂ ਇੱਕ ਹੋਰ ਸ਼ਾਨਦਾਰ FS22 ਦੀ ਵੀਡੀਓ। ਮਿੱਤਰੋ ਤੁਸੀਂ ਦੇਖ ਰਹੇ ਹੋ ਬਾਈ ਟਰੈਕਟਰ ਯਾਰ ਕਿਵੇਂ ਡੈਵਲ ਬਾਈ ਲਈ ਫਿਰਦਾ। ਅਤੇ ਮਿੱਤਰੋ, ਆਪਾਂ ਇਹ ਟਰੈਕਟਰ ਦਾ ਤੁਹਾਨੂੰ ਪਤਾ ਹੀ ਆ, ਪਿਛਲੀ ਵੀਡੀਓ 'ਚ ਟੈਸਟਿੰਗ ਕੀਤੀ ਸੀ ਇਹਦੀ, ਪਰ ਮਿੱਤਰੋ ਇਹ ਟਰੈਕਟਰ ਬਹੁਤਾ ਚੱਲਿਆ ਨਹੀਂ ਸੀਗਾ। ਆਪਣੇ ਵਾਲੇ ਕੋਲ ਲੈ ਕੇ ਵੀ ਗਏ ਬਾਈ ਟਰੈਕਟਰ, ਉਹ ਕਹਿੰਦੇ ਬਾਈ ਕੋਈ ਚੱਕਰ ਨਹੀਂ, ਇੱਥੇ ਅਸੀਂ ਕੰਮ ਕਰਾਂਗੇ, ਸਾਡੇ ਲਵੇ ਹੋਰ ਟਰੈਕਟਰ ਹੈਗੇ ਨੇ ਸੇਮ ਇਹਦੇ ਨਾਲ ਦੇ, ਅਤੇ ਬਾਈ ਖੇਰਾਂ ਤੁਸੀਂ ਇਹਨੂੰ ਲੈ ਜਾਓ, ਅਤੇ ਬਾਈ ਇਹਨੂੰ ਹੋਰ ਟੈਸਟ ਕਰੋ, ਅਤੇ ਸਾਨੂੰ ਹੋਰ ਦੱਸੋ ਇਹ 'ਚ ਕੀ ਖਮੀ ਆ। ਅਤੇ ਤੁਹਾਨੂੰ ਪਤਾ ਹੀ ਆ, ਆਪਣਾ ਖੱਤਾ ਵੀ ਵਾਹੁਣ ਵਾਲਾ ਸੀਗਾ ਬਾਈ ਮਿੱਤਰੋ, ਇਹ 'ਚ ਪਤਾ ਨਹੀਂ ਕੀ ਬੀਜਿਆ ਹੋਇਆ ਸੀ ਬਾਈ, ਇਹ ਪਹਿਲਾਂ ਤੋਂ ਹੀ ਇੱਦਾਂ ਹੀ ਸੀਗਾ। ਅਤੇ ਆਪਾਂ ਖੇਰਾਂ ਅੱਜ ਇਹਨੂੰ ਵਾਹੁਣਾ, ਅਤੇ ਵਾਹੁਣਾ ਵੀ ਮੈਂ ਇੱਧਰੋਂ ਕਾਹਦੇ ਨਾਲ ਆ, ਅਤੇ ਇੱਕ ਪਾਸੇ ਤਾਂ ਬਾਈ ਆਪਣੇ ਲਵੇ ਤਵੀਆਂ ਨੇ, ਵਾਲੀ ਬਾਈ ਨਜਾਇਜ਼ ਨੇ ਬਾਈ, ਟਰੈਕਟਰ ਦਾ ਪੂਰਾ ਯਾਨੀ ਕਿ ਜ਼ੋਰ ਲਵਾਉਣਾ, ਅਤੇ ਵਾਲੀਆਂ ਜ਼ਿਆਦਾ ਤਵੀਆਂ ਨੇ। ਅਤੇ ਦੂਏ ਪਾਸੇ ਬਾਈ ਹਲ ਦੇਖੋ, ਟਰੈਕਟਰ ਨਾਲ ਤਾਂ ਮੈਨੂੰ ਲੱਗਦਾ ਬਾਈ 3 ਗੁਣਾ ਚੌੜੇ ਨੇ ਇਹ, ਅਤੇ ਵਾਲੀ ਵਾਲੇ ਜ਼ਿਆਦਾ ਹਲੇ ਲੱਗੇ ਨੇ ਬਾਈ, ਅਤੇ ਟਾਇਰ ਲੱਗੇ ਹੋਏ ਨੇ ਬਾਈ, ਵਾਲੇ ਭਾਰੇ ਨੇ, ਨਰਾ ਹੀ ਲੋਹਾ ਲੱਗਿਆ ਹੋਇਆ। ਅਤੇ ਮਿੱਤਰੋ ਕਿਹੜਾ ਆਪਾਂ ਟਰੈਕਟਰ 'ਤੇ ਬੈਠੀਏ, ਅਤੇ ਪਹਿਲਾਂ ਪਾਉਂਦੇ ਹਾਂ ਬਾਈ ਆਪਾਂ ਤਵੀਆਂ, ਤਵੀਆਂ ਪਾ ਲਈਏ ਪਿੱਛੇ, ਅਤੇ ਫਿਰ ਦੇਖਦੇ ਹਾਂ ਅੱਜ ਜੋ ਕਿ ਟਰੈਕਟਰ ਨੂੰ ਵੀ ਟਰੈਕਟਰ ਦਾ ਕੀ ਬਣਦਾ। ਅਤੇ ਬਾਈ ਕੇਰਾਂ ਬਾਈ ਤਵੀਆਂ ਤਾਂ ਪਾ ਲਈਏ, ਅਤੇ ਟਰੈਕਟਰ ਬਾਈ ਉੱਠਿਆ ਤਾਂ ਹੈ ਨਹੀਂ ਗਾ ਬਾਲਾ ਮੂਹਰੋਂ, ਉੱਠਦਾ ਬਾਈ ਉੱਠਦਾ ਉੱਠਦਾ ਉੱਠਦਾ, ਜਦੋਂ ਵੱਡਾ ਗੇਅਰ ਪਾ ਕੇ ਲਾਉਂਦੇ ਹਾਂ ਬਾਈ ਫਿਰ ਉੱਠਦਾ। ਅਤੇ ਕੇਰਾਂ ਬਾਈ ਹੌਲੀ ਕਿਤੇ ਨੇ, ਆਪਾਂ ਜੀ ਲੈ ਚੱਲਦੇ ਹਾਂ ਵੜਿਆ ਕੇ ਜੀ। ਅਤੇ ਉੱਧਰ ਬਾਈ ਆਪਣਾ ਸੀਰੀ ਲੱਗਿਆ ਬੀਜਣ, ਅਤੇ ਥੋੜ੍ਹੀ ਜਿਹਾ ਰਹਿ ਗਿਆ ਸੀ ਬਾਈ ਆਹ ਖੱਤਾ ਬੀਜਣ, ਅਤੇ ਗੇਰਾਂ ਪਾ ਟਰੈਕਟਰ 'ਤੇ ਬਹਿਨੇ ਆ, ਅਤੇ ਲਾਉਂਦੇ ਹਾਂ ਬਾਈ ਤਵੀਆਂ ਥੱਲੇ। ਅਤੇ ਬਾਈ ਤਵੀਆਂ ਇਹ ਵੀ ਕਾਫੀ ਜ਼ਿਆਦਾ ਚੌੜੀਆਂ ਨੇ, ਅਤੇ ਲਓ ਮਿੱਤਰੋ ਦੇਖਦੇ ਹਾਂ ਟਰੈਕਟਰ ਖਿੱਚਦਾ। ਓਹੋ ਬਾਈ ਟਰੈਕਟਰ ਤਾਂ ਪਰਵਾਹ ਹੀ ਨਹੀਂ ਮੰਨਦਾ ਇਹਨੂੰ, ਅਤੇ ਬਾਈ ਬੱਚਰ ਲਾ ਰਿਹਾ ਹੈ ਨਾ, ਵਧੀਆ ਓਕੇ ਰਿਪੋਰਟ ਕਰ ਰਿਹਾ। ਅਤੇ ਲਓ ਮਿੱਤਰੋ ਆਪਾਂ ਮਾੜੀ ਜਿਹੀ ਤਵੀ ਬਾਹਰੇ ਰੱਖ ਕੇ ਚਲਾਵਾਂਗੇ ਇਹਨੂੰ। ਅਤੇ ਮਿੱਤਰੋ ਟਾਪ 'ਚ ਜਾਈ ਜਾਂਦਾ ਟਰੈਕਟਰ ਤਾਂ, ਹਾਈ ਲੱਗਿਆ ਹੋਇਆ, ਪਰ ਬਾਈ ਚੱਕਰ ਜਿਹੜੇ ਤੋੜ ਰਿਹਾ, ਤੀਜਾ ਹੀ ਲਾ ਦਿੰਦੇ ਹਾਂ ਬਾਈ, ਵਿੱਚ ਦੀ ਦੂਆ ਵੀ ਲਾ ਦਿੰਦੇ ਹਾਂ। ਅਤੇ ਟਰੈਕਟਰ ਬਾਈ ਥੋੜ੍ਹੇ ਥੋੜ੍ਹੇ ਚੱਕਰ ਨੇ ਜਿਹੜੇ ਤੋੜ ਰਿਹਾ, ਅਤੇ ਉੱਦਾਂ ਬਾਈ ਐਡਾ ਕੋਈ ਖਾਸ ਲੋਡ ਲੈ ਨਹੀਂ ਰਿਹਾ ਟਰੈਕਟਰ, ਹੁਣ ਤਾਂ ਟਰੈਕਟਰ ਕੇਰਾਂ ਚੱਲੀ ਜਾਂਦਾ ਬਾਈ, ਥੋੜ੍ਹਾ ਜਿਹਾ ਲੋਡ 'ਤੇ ਚੱਲ ਰਿਹਾ, ਪਰ ਇੰਨਾ ਵੀ ਨਹੀਂ ਬਾਈ ਭੱਜਿਆ ਹੀ ਜਾ ਰਿਹਾ। ਅਤੇ ਬਾਈ 2-3 ਗੇੜੇ ਤਾਂ ਮੈਂ ਦੇ ਇਹਦੇ ਨਾਲ ਆਰਾਮ ਨਾਲ, ਬਾਈ ਐਡਾ ਕੋਈ ਲੋਡ ਵੀ ਨਹੀਂ ਲੈ ਰਿਹਾ ਟਰੈਕਟਰ। ਅਤੇ ਲਓ ਮਿੱਤਰੋ ਕੇਰਾਂ ਆਪਾਂ ਅੱਧਾ ਕੇਰਾ ਵਾਹਤਾ ਬਾਈ ਤਵੀਆਂ ਨਾਲ, ਅਤੇ ਹੁਣ ਬਾਈ ਇੱਥੇ ਕੇਰਾਂ ਤਵੀਆਂ ਕੱਢਦੇ ਹਾਂ ਆਪਾਂ, ਅਤੇ ਬਾਈ ਬੈਕ ਕਰਕੇ ਟਰੈਕਟਰ ਪ੍ਰੋਪਰ ਤਵੀਆਂ ਆਪਾਂ ਇੱਥੇ ਕੱਢ ਦਿੰਦੇ ਹਾਂ। ਅਤੇ ਮਿੱਤਰੋ ਆਪਣਾ ਟਰੈਕਟਰ ਤਵੀਆਂ 'ਤੇ ਤਾਂ ਵਧੀਆ ਬਾਈ ਹਾਈ 'ਚ ਚੱਲੀ ਗਿਆ, ਅਤੇ ਹੁਣ ਬਾਈ ਆਪਾਂ ਦੇਖਣਾ। ਅਤੇ ਲਓ ਵੀ ਮਿੱਤਰੋ ਕੇਰਾਂ ਆਪਾਂ ਪਾਉਂਦੇ ਹਾਂ ਪਿੱਛੇ ਹਲ, ਅਤੇ ਮਿੱਤਰੋ ਹਲ ਦੇਖ ਲਓ ਕਿੰਨੇ ਜ਼ਿਆਦਾ ਚੌੜੇ ਨੇ, ਜੇ ਬਾਈ ਮਿੱਤਰੋ ਆਹ ਟਰੈਕਟਰ ਨੇ ਖਿੱਚ ਲਏ ਫਿਰ ਤਾਂ ਬਾਈ ਗੱਲੇ ਬਣ ਜੂ। ਅਤੇ ਦੇਖਦੇ ਹਾਂ ਬਾਈ ਟਰੈਕਟਰ ਉੱਠਦਾ ਕਿ ਨਹੀਂ, ਅਤੇ ਲਓ ਮਿੱਤਰੋ ਟਰੈਕਟਰ ਉੱਠ ਖੜਿਆ, ਉੱਠ ਖੜਿਆ ਬਾਈ ਟਰੈਕਟਰ ਉੱਠ ਖੜਿਆ। ਅਤੇ ਬਾਈ ਹੁਣ ਲਿਫਟ ਥੱਲੇ ਆ, ਤਾਂ ਲਿਫਟ ਚੱਕੀ ਅਤੇ ਟਰੈਕਟਰ ਉੱਠ ਖੜਿਆ ਬਾਈ, ਲਿਫਟ ਤਾਂ ਬਾਈ ਥੱਲੇ ਹੀ ਆ ਹਲੇ ਵੀ। ਅਤੇ ਟਾਇਰ ਦੇਖੋ ਬਾਈ ਕਿਵੇਂ ਮੱਡ ਗੜ ਪਾੜਨ ਤੱਕ ਆਏ ਪਏ ਨੇ, ਦੂਏ ਹਾਈ 'ਚ ਤੋਰ ਕੇ ਦੇਖਦੇ ਹਾਂ। ਅਤੇ ਤੁਰ ਗਿਆ ਬਾਈ ਤੁਰ ਗਿਆ ਟਰੈਕਟਰ, ਤੀਆ ਬਾਈ ਤੀਆ ਲੋਡ ਲੈ ਗਿਆ ਬਾਈ, ਬੰਦ ਹੋਊ 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 ਬੰਦ ਹੋਊ,
ਦਬ ਗਿਆ ਦਬ ਗਿਆ ਦਬ ਗਿਆ ਦਬ ਗਿਆ ਦਬ ਗਿਆ ਕਿਹਾ ਬਾਈ ਮੁੜ ਜਾ ਮੁੜ ਜਾ ਮੁੜ ਜਾ ਬਾਈ ਮੁੜ ਜਾ ਬਾਈ ਮੁੜਨ ਵਾਲਾ ਫੀਚਰ ਨਹੀਂ ਹੈਗਾ ਇਦੂ ਬਾਅਦ ਜਦੋਂ ਬਾਈ ਇਹਦੇ 'ਚ ਇਹਦੇ ਪਿੱਛੇ ਹਲ ਪਾ ਲਏ ਨਾ ਮੁੜਨ ਵਾਲਾ ਫੀਚਰ ਸਟੇਅਰਿੰਗ ਕੰਮ ਕਰਨ ਨੂੰ ਹਟ ਜਾਂਦਾ ਇਹਦਾ ਫਿਰ ਤਾਂ ਬਾਈ ਬੈਕ ਕਰ ਕਰ ਐਂ ਲੈ ਕੇ ਜਾਣਾ ਪੈਂਦਾ ਪਰ ਬਾਈ ਹਾਲੇ ਬਾਲੇ ਚੌੜੇ ਨੇ ਟਰੈਕਟਰ ਵੀ ਵਿਚਾਰਾ ਕੀ ਕਰੇ ਹਲ ਬਾਲੇ ਚੌੜੇ ਨੇ ਬਾਈ ਮਿੱਤਰੋ ਉੱਠ ਗੜਿਆ ਟਰੈਕਟਰ ਓਏ ਉੱਠ ਗੜਿਆ ਇਹਨਾਂ ਨਾਲ ਵਾਹੁਣਾ ਤਾਂ ਬਾਈ ਔਖਾ ਹੀ ਆ ਕੰਮ ਅਤੇ ਕੇਰਾਂ ਬਾਈ ਆਪਾਂ ਇੱਥੇ ਹੀ ਕੱਢ ਦਿੰਦੇ ਹਾਂ ਇਹਨੂੰ ਅਤੇ ਬਾਈ ਦੇਖ ਲਿਆ ਤੁਸੀਂ ਕੀ ਬਣਿਆ ਬਾਈ ਹਲਾਂ ਨਾਲ ਇਹਨਾਂ ਨਾਲ ਟਰੈਕਟਰ ਦਾ ਅਤੇ ਬਾਈ ਆਹ ਤਾਂ ਖਿੱਚ ਲਈਆਂ ਦੀ ਆਪਣੇ ਟਰੈਕਟਰ ਨੇ ਵਧੀਆ ਅਤੇ ਅੱਜ ਦੀ ਵੀਡੀਓ ਬਾਈ ਇੱਥੇ ਐਂਡ ਕਰਦੇ ਹਾਂ ਅਤੇ ਅੱਧਾ ਕੁ ਬਾਈ ਆਹ ਬਾਤ ਆ ਅੱਧਾ ਕੁ ਆਹ ਬਾਤ ਆ ਪਤਾ ਨਹੀਂ ਬਾਈ ਕੀ ਕਰਤਾ ਇਹ ਅਤੇ ਹੁਣ ਬਾਈ ਸਾਰਾ ਦੁਬਾਰੇ ਬਹਾਂਗੇ ਆਪਣੇ ਛੋਟੇ ਹਾਲਾਂ ਨਾਲ ਅਤੇ ਜੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੁਸੀਂ ਕਰਨਾ ਹੀ ਆ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕਸ ਫੋਰ ਵਾਚਿੰਗ